ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬ ਤੱਕ। ਮੈਂ ਹਾਂ ਮਨੀਸ਼ ਕੌਸ਼ਲ। ਤੀਸਰਾ ਹਫ਼ਤਾ ਹੋ ਗਿਆ ਤੇਂਦੂਏ ਦੀ ਜਿਹੜੀ ਲੁਕਾ ਛਿਪੀ ਦਾ ਖੇਡ ਚੱਲ ਰਿਹਾ ਹੈ। ਕੱਲ੍ਹ ਜਿਵੇਂ ਡਕਾਲੇ ਦੇ ਵਿੱਚ ਤੇਂਦੂਆ ਉੱਥੇ ਨੁਕਸਾਨ ਕਰਕੇ ਗਿਆ ਸੀ, ਉਸ ਤੋਂ ਬਾਅਦ ਕੱਲ੍ਹ ਸ਼ਾਮ ਜੀ ਦੇ ਗੱਲ ਕਰੀਏ ਤਾਂ ਸਮਾਣੇ ਦੇ ਪੁਰਾਣੇ ਬੱਸ ਸਟੈਂਡ ਕੋਲ ਤੇਂਦੂਏ ਨੂੰ ਸਪੋਟ ਕੀਤਾ ਗਿਆ ਸੀ, ਦੇਖਿਆ ਗਿਆ ਸੀ। ਅੱਜ ਅਗਰ ਸਵੇਰ ਦੀ ਗੱਲ ਲੋਕਾਂ ਦੀ ਮੰਨੀਏ ਜਾਂ ਜੰਗਲਾਤ ਵਿਭਾਗ ਦੀ ਮੰਨੀਏ, ਉਹਨਾਂ ਦਾ ਕਹਿਣਾ ਹੈ ਕਿ ਸਮਾਣੇ ਵਾਲੀ ਬੀਟ ਤੋਂ ਨਹਿਰ ਦੇ ਨਾਲ ਨਾਲ ਹੁੰਦਾ ਹੁੰਦਾ ਹੋ ਸਕਦਾ ਹੈ ਇਹ ਹਰਿਆਣੇ ਦੇ ਵਿੱਚ ਐਂਟਰ ਕਰ ਗਿਆ ਹੋਵੇ, ਕਿਉਂਕਿ ਸਮਾਣੇ ਦੇ ਨਾਲ ਹੀ ਚੀਕਾ ਕੈਥਲ ਇਹ ਸਾਰਾ ਏਰੀਆ ਉੱਥੇ ਜਿਹੜਾ ਹੈਗਾ ਪੈਂਦਾ। ਲੇਕਿਨ ਹਾਲੇ ਤੱਕ ਹਰਿਆਣੇ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਪਿਛਲੇ 24 ਘੰਟੇ ਤੋਂ ਇਹ ਚੀਤਾ ਸਪੋਟ ਨਹੀਂ ਹੋਇਆ। ਹੁਣ ਦੇਖਣ ਵਾਲੀ ਗੱਲ ਇਹ ਹੋਏਗੀ ਕਿ ਅਗਲੀ ਇਸ ਚੀਤੇ ਦੀ ਜਿਹੜੀ ਜਗ੍ਹਾ ਹੈਗੀ ਹੈ ਉਹ ਕਿਹੜੀ ਹੋਏਗੀ ਜਿੱਥੋਂ ਇਹ ਨਿਕਲ ਕੇ ਸਾਹਮਣੇ ਆਏਗਾ, ਉਸ ਤੋਂ ਬਾਅਦ ਹੀ ਆਪਾਂ ਕੁਛ ਇਸ ਦੇ ਬਾਰੇ ਕਹਿ ਪਾਵਾਂਗੇ। ਲੇਕਿਨ ਜੰਗਲਾਤ ਵਿਭਾਗ ਦੀਆਂ ਟੀਮਾਂ ਜਿਹੜੀਆਂ ਹੈਗੀਆਂ ਅੱਜ ਸਵੇਰ ਤੋਂ ਕਾਫੀ ਐਕਟਿਵ ਹੋਈਆਂ। ਪਤਾ ਲੱਗਿਆ ਕਿ ਉਹਨਾਂ ਨੇ ਡਰੋਨ ਦੇ ਨਾਲ ਵੀ ਇਹਨੂੰ ਭਾਲ ਕਰਨ ਦੀ ਕੋਸ਼ਿਸ਼ ਕੀਤੀ ਹੈ। ਪੰਜਾਬ ਤੱਕ ਦੇ ਲਈ ਪਟਿਆਲਾ ਤੋਂ ਮਨੀਸ਼ ਕੌਸ਼ਲ।